ਪਤਾ ਨਹੀਂ ਖਾਪਈਆ ਰਕਸ਼ਿਆਂ ਦਾ ਬਕਾਇਆ ਤਾਂ ਲੜਨ ਦਿਆ ਕਰ, ਪਹਿਲਾਂ ਰੌਲਾ ਪਾ ਲੈਣੀ ਹੁੰਦੀ ਆ। ਆ ਕੀ ਗੱਲ ਆ? ਓ ਜਦ ਦੇਖੋ ਆਪਾਂ ਜੀ, ਉਹ ਦੇਖੋ ਕਦਲੀ, ਤੈਨੂੰ ਪਤਾ ਮੈਂ ਤੇਰੇ ਭਰਾ ਦੇ ਵਿਆਹ ਦੇ ਵਿਆਹ ਤੋਂ 1.5 ਲੱਖ ਦੀ ਕਮਿਟ ਜਿਹੜੀ ਖਰਾਬ ਕੀਤੀ ਆ, ਮੈਂ 30,000 ਘਾਟੇ ਤੇ ਚੱਕੀ ਆ। ਜੋ ਤੇਰੇ ਭਰਾ ਦਾ ਵਿਆਹ, ਇਹਨਾਂ ਨੂੰ ਏਡਾ ਸਾਡੇ ਆਉਣ ਦਾ ਚਾਹ ਹੁੰਦਾ ਨਾ, ਅੱਗੇ ਆ ਕੇ ਸਾਨੂੰ ਮਿਲਦੇ ਨਾ ਇਹ। ਓ ਕੀ ਹੋ ਗਿਆ ਜੀ, ਤੇ ਆਏ ਆ। ਓਏ ਆਏ ਕਾਦੇ, ਏਡਾ ਨੂੰ ਚਾਹ ਹੀ ਨਹੀਂ ਆ ਸਾਡੇ ਆਉਣ ਦਾ, ਬੁਲਾ ਆਪਣੇ ਪਿਆਰ ਨੂੰ। ਅੱਬਾ ਜੀ, ਉਹ ਕੌਣ ਆ? ਓ ਬਿਸਮਿਲਲਾ, ਮੇਰੀ ਧੀ ਆਈ, ਪੁੱਤ ਕੀ ਹਾਲ ਆ? ਆਉਂਦੇ ਆ ਤੈਨੂੰ ਧੀ, ਆਉਂਦੇ ਆ ਧੀ ਨਜ਼ਰ ਆ ਰਹੀ, ਤੈਨੂੰ ਜਵਾਈ ਨਜ਼ਰ ਨਹੀਂ ਆ, ਚੱਲ ਬਾਹਰ ਹੋ, ਚੱਲ ਬਾਹਰ ਚੱਲ, ਤੈਨੂੰ ਮੈਂ ਕਹਿਣ ਦਿਆ, ਚੱਲ ਬਾਹਰ ਹੋ, ਬਾਹਰ ਚੱਲ, ਚੱਲ ਬਾਹਰ, ਤੂੰ ਪਿੱਛੇ ਆ ਜਾ, ਚੱਲ ਬਾਹਰ, ਤੇਰੀ ਮੈਂ ਨੂੰ ਕਹਿਣ ਦਿਆ, ਬਾਹਰ ਚੱਲ, ਤੂੰ ਮੇਰੇ ਨਾਲ ਜ਼ਿੰਦਗੀ ਗੁਜ਼ਾਰਨੀ ਕਿ ਨਾ ਗੁਜ਼ਾਰਨੀ ਆ, ਚੱਲ ਬਾਹਰ ਹੋ। ਮੇਰੇ ਮੂੰਹ ਨੂੰ ਚੁੱਪ ਕਰ ਜਾ। ਮੈਂ ਤੇਰੇ ਮੂੰਹ ਨੂੰ ਆਇਆ, ਮੈਂ ਤਾਂ ਨਾ ਕੰਜਰਾਂ ਦੇ ਵੜ ਕੇ ਨਹੀਂ ਲਾਦੀ। ਲੋਕਾਂ ਦੇ ਜਵਾਈ ਆਉਂਦੇ ਅਗਲੇ ਹਫਤਾ ਹਫਤਾ ਪਹਿਲਾਂ ਲੈ ਕੇ ਫਰਿੱਜ ਰੱਖਦੇ ਆ, ਤੂੰ ਹੁਣ ਲੈ ਕੇ ਆ, ਚੱਲ ਬਾਹਰ ਆ, ਤੂੰ ਚੱਲ, ਲੜਾਈ ਨਾ ਪਾਈਏ ਤਾਂ ਕੀ ਕਰੀਏ, ਜਵਾਈ ਘਰ ਆ, ਤੁਹਾਨੂੰ ਯਾਦ ਆਉਣ ਡਿਆ, ਅੱਗੇ ਪਿੱਛੇ ਜਵਾਈ ਤੁਹਾਨੂੰ ਯਾਦ ਨਹੀਂ, ਇਹ ਵਿਆਹ ਦਾ ਦਿਨ ਰੱਖਣ ਕੌਣ ਕੌਣ ਗਿਆ ਸੀ? ਮੈਂ, ਅਰਸ਼ਦ ਤੇ ਅਨਵਰ, ਤੇ ਵਿਆਹ ਤਾਂ ਵੀ ਉਹਨਾਂ ਨੂੰ ਰੱਖ ਲੈ, ਸਾਨੂੰ ਜਾਣਦੇ, ਚੱਲ ਬਾਹਰ ਹੋ, ਚੱਲ ਜਾਣੇ ਘਰ ਛੱਡ ਕੇ। ਨਹੀਂ ਹੁਣ ਕਿੱਥੇ ਜਾਣਾ ਸੀ? ਦਫਾ ਕਰ।
ਕਰਦਾ ਮੈਂ ਜੀ। ਆ ਨਾ ਕਰ, ਜਿੰਨਾ ਧੀਆਂ ਦਿੰਦੀਆਂ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਬਗੈਰਤ ਹੀ ਸਮਝਦੇ ਹੋ? ਓਏ ਪਰੇ ਹੋ, ਬਗੈਰਤ ਤਾਂ ਕੁੱਤੇ ਦਾ ਪੁੱਤਰ ਹੈ। ਚੰਗਾ ਪਤਾ ਚੌਧਰੀ ਜੀ, ਜਾਨਾ ਜਾ ਕੇ ਵਿਖਾ ਲੈ। ਨਾ ਕਰ, ਤੂੰ ਕਹਿੰਦੀ ਸੀ ਮੈਂ ਭਰਾ ਦੇ ਵਿਆਹ ਤੇ